ਰਹਿਮਾਨ ਰਹੀਮ, ਅਸਲਾਮ ਅਲੈਕੁਮ। ਕੀ ਹਾਲ ਮੇਰੇ ਭੈਣ ਭਾਈਓ? ਅਲਹਮਦੁਲਿਲਾ, ਅਸੀਂ ਠੀਕ ਹਾਂ। ਉਮੀਦ ਹੈ ਕਿ ਤੁਸੀਂ ਠੀਕ ਹੋ। ਸੋ ਮੈਂ ਪਹਿਲੇ ਛਿੜਕ ਰਹੀ ਹਾਂ ਪਾਣੀ, ਕਿਉਂਕਿ ਵਿਹੜਾ ਮੈਂ ਲਿਪਾਈ ਨਹੀਂ ਕਰ ਸਕੀ ਵੀ ਬਾਰਿਸ਼ਾਂ ਦੇ ਵਿੱਚ ਮੁੜ ਖਰਾਬ ਹੋ ਜਾਂਦਾ, ਅਤੇ ਤਾਂ ਪਰ ਉਜੜਨਾ ਇਵੇਂ ਝਾੜੂ ਦੀ ਵੀਵੇ ਤਾਂ ਗੱਟਾ ਉੱਡਦਾ। ਪਹਿਲੇ ਮੈਂ ਸੱਟ ਦਿੰਦੀ ਹਾਂ ਪਾਣੀ, ਉਸ ਤੋਂ ਬਾਅਦ ਲਾ ਦੇ ਸਾਂ ਝਾੜੂ। ਐਵੇਂ ਮਾੜਾ ਮਾੜਾ ਪਾਣੀ ਸੱਟ ਕੇ ਨਾ ਅਤੇ ਝਾੜੂ ਲੈਂਦੇ ਹਾਂ। ਪਹਿਲੇ ਤਾਂ ਮੈਂ ਦੇ ਲੈਂਦੀ ਹਾਂ ਕਿਚਨ ਤੋਂ, ਅਤੇ ਨਾਲ ਤੁਸੀਂ ਵੇਖ ਰਹੇ ਹੋ ਸੋ ਸਾਡੀ ਆ ਚੁੱਕੀ ਹੈ ਬੇਬੋ ਬਾਹਰ। ਜਿਸ ਟਾਈਮ ਠੰਡ ਬਣ ਜਾਵੇ ਨਾ ਅਤੇ ਮੌਸਮ ਬਣ ਜਾਵੇ ਠੰਡਾ, ਉਸ ਟਾਈਮ ਬੇਬੋ ਬਾਹਰ ਆ ਜਾਂਦੀ। ਅਸਲਾਮ ਅਲੈਕੁਮ ਜੀ, ਕੀ ਹਾਲ ਮੇਰੇ ਭੈਣ ਭਾਈਓ? ਮੈਂ ਬੈਠਾ ਸੋ ਜੀ, ਅੰਦਰ ਪੱਖਾ ਚੱਲਦਾ ਪਿਆ, ਗਰਮੀ ਬਹੁ ਆਈ ਤੇ ਅੰਮੀ ਦੇ ਰਹੀ ਹੈ ਬਹੁ ਖਰ, ਤੇ ਮੈਂ ਦੇ ਰਹੀ ਹਾਂ ਝਾੜੂ। ਸਲੀਮ ਆਇਆ ਸਬਜ਼ੀ ਦੀ ਰੂਹ, ਸਬਜ਼ੀ ਦੇਰ ਵਗ ਗਿਆ ਸਲੀਮ ਦਾ ਅੱਬੂ, ਅਤੇ ਸਲੀਮ ਕੁਛ ਚਿਰ ਅੰਦਰ ਰੈਸਟ ਕੀਤੀ ਹੈ, ਕਿਉਂਕਿ ਗਰਮੀ ਹੋਵੇ ਨਾ ਤਾਂ ਬੰਦਾ ਅੰਦਰ ਹੀ ਬਾਹ ਜਾਂਦਾ, ਅਤੇ ਹੁਣ ਹੋ ਚੁੱਕਾ ਠੱਡਾ ਟਾਈਮ। ਹੁਣ ਕਰਨੇ ਹਾਂ ਘਰ ਦਾ ਕੰਮ ਵਗੈਰਾ, ਨਾਲ ਨਾਲ ਆਪਦੇ ਪਿਆਰੇ ਵੀਵਰਾਂ ਨੂੰ ਸ਼ੇਅਰ ਕਰਸਾਂ। ਹਾਂਜੀ, ਤੇ ਸਲੇਮਾ ਕੋਈ ਸਬਜ਼ੀ ਚੁੱਗੀ ਆ? 16-6 ਪਰ ਫੁੱਟਾਂ ਦਾ ਚੁੱਗਿਆ, ਤੇ ਸਲੇਮ ਜਿਹੜਾ ਅੱਜ ਬਹੁਤ ਜ਼ਿਆਦਾ ਕੰਮ ਕਰ ਰਿਹਾ ਆ, 16-6 ਪਰ ਫੁੱਟਾਂ ਦੇ ਚੁੱਗ ਗਿਆ ਆ ਇੱਕੋ ਜਣਾ। ਅਸੀਂ ਤਾਂ ਗਾਰ ਆਸੇ ਤੇ ਬੱਗੀ, ਤੇ ਸਲੇਮ ਜਿਹੜਾ ਫੁੱਟਾਂ ਚੋਗ ਤੇ ਰੱਖਿਆ ਨੇ। ਕੋਈ ਰਾਂਦੇ ਨੇ ਕੋਈ ਅਬੂ ਚੁਗਸੀ ਆ? ਝਾੜੂ ਜਿਹੜਾ ਮੈਂ ਲਾ ਲਿਆ ਸਾਰਾ, ਤੇ ਹੁਣ ਮੈਂ ਕੱਢ ਲੈਂਦੀ ਹਾਂ ਸੁਆਹ, ਕਿਉਂਕਿ ਸੁਆਹ ਜਿਹੜੀ ਨਾ ਬਹੁਤ ਜ਼ਿਆਦਾ ਹੋ ਜਾਂਦੀ ਹੈ। ਅਸਲਾਮੁ ਅਲੈਕੁਮ, ਕੀ ਹਾਲ ਮੇਰੇ ਭੈਣ ਭਾਈਓ? ਅਲਹਮਦੁਲਿਲਾ, ਅਸੀਂ ਠੀਕ ਹਾਂ। ਉਮੀਦ ਹੈ ਕਿ ਤੁਸੀਂ ਠੀਕ ਹੋ। ਅਤੇ ਮੇਰਾ ਜਿਹੜਾ ਹਰ ਕੋਈ ਆਪੋ ਆਪਦੇ ਕੰਮ ਨੂੰ ਲੱਗੋ, ਅਤੇ ਮੈਂ ਪਾ ਰਿਹਾ ਜੀ 4 ਪਾਈਆਂ, ਅਤੇ ਅੱਜ ਜਿਹੜਾ ਹੈ ਸਾਡਾ ਨੁਕਸਾਨ ਹੋ ਗਿਆ। ਉਹ ਕਿਹੜਾ ਨੁਕਸਾਨ ਹੋ ਗਿਆ ਆਪਣੇ ਪਿਆਰੇ ਵੀਵਰਾਂ ਨੂੰ ਵਿਖਾ ਦਿੰਦੇ ਹਾਂ। ਇਹ ਯਾਰ ਸਲੇਟ, ਇਹ ਜਿਹੜਾ ਪੱਥਰ ਦੀ ਪਲੇਟ ਜਿਹੜੀ ਬਣੀ ਹੋਈ ਹੈ ਨਾ, ਇਹ ਗਈ ਹੈ ਜੀ ਸੁਬਹ ਨਾਲ ਮੇਰੇ ਕੋਲ ਤਰੁੱਟ, ਅਤੇ ਬਾਕੀ ਜਿਹੜਾ ਅੰਮੀ ਜਿਹੜਾ ਤੁਸੀਂ ਦਾਬੜਾ ਲਈ ਬੈਠੋ ਨਾ ਬੱਠੋਲ, ਇਹਦੇ ਨਾਲ ਦਾ ਇੱਕ ਆਪਾਂ ਨੂੰ ਹੀ ਲੈਣਾ ਪੈਂਦਾ ਤੰਦੂਰ ਵਾਸਤੇ, ਅਤੇ ਉਂਝ ਵੈਸੇ ਹੀ ਕੰਮ। ਹਾਂਜੀ, ਇਹੋ ਹੀ ਲੈਂਦੇ ਹਾਂ ਨਾ। ਹਾਂਜੀ, ਅਤੇ ਬਾਕੀ ਮੈਂ ਜਿਹੜਾ ਕੱਢ ਲੈਂਦਾ ਜੀ ਦੂਸਰੀ 4 ਪਾਈ। ਚਾਰ ਪਾਈਆਂ ਜਿਹੜੀਆਂ ਮੈਂ ਪਾ ਲਈਆਂ, ਅਤੇ ਮੈਂ ਤਾਂ ਨਹੀਂ ਪਾਈਆਂ, ਬੱਗੀ ਪਾਈਆਂ, ਬੱਗੀ ਨਾਲ ਹੈਲਪ ਕਰਾਈਏ। ਮੈਂ ਚਾੜ ਰਹੀ ਹਾਂ ਉਲਾਰੇ, ਅਤੇ ਤੁਸੀਂ ਵੇਖ ਰਹੇ ਹੋ ਸੋ ਵੀ ਚੌਥਾ ਬੰਦਾ ਵੀ ਸਾਡੇ ਨਾਲ ਮੌਜੂਦ ਹੈ, ਇਹ ਬੈਠਾ 4 ਪਾਈ 'ਤੇ, ਅਤੇ ਸਲੀਮ ਵੀ ਹੋਇਆ ਸਬਜ਼ੀ ਲੈਣ।
ਮੈਂ ਪਿਆਰ ਵੇਲਾ ਸਬਜ਼ੀ ਲੈਣ ਗਿਆ, ਮੈਂ ਆਖਾਂ ਮੈਂ ਸਬਜ਼ੀ ਲਾਇਓ ਤੇ ਮੈਂ ਸਬਜ਼ੀ ਲੈ ਕੇ ਆ ਚੁੱਕਾ। ਕਿਹੜੀ ਕਿਹੜੀ ਸਬਜ਼ੀ ਲਿਆਂਦੀ ਨੇ? ਮੈਂ ਲਾਇਆ ਆਂਦੇ ਟਮਾਟਰ, ਮਿਰਚਾਂ ਤੇ ਆਲੂ ਤੇ ਅਦਰਕ ਤੇ ਚਿਕਨ। ਚਿਕਨ? ਹਾਂਜੀ। ਅੱਜ ਜਿਹੜਾ ਸਲੀਮ ਲਾਇਆ ਆ ਚਿਕਨ। ਬਿੱਲੀ ਇੱਥੇ ਕੀ ਕਰ ਰਹੀ ਹੈ? ਇਹ ਬਿੱਲੀ ਖੇਡ ਰਹੀ ਹੈ ਨਾ, ਜਿਸ ਟਾਈਮ ਪੱਖਾ ਚੱਲਦਾ ਚਾਰ ਪਾਈਆਂ ਪਾ ਜਾਂਦੀਆਂ ਨਾ, ਤੇ ਉਸ ਟਾਈਮ ਮਾਣੋ ਜਿਹੜੀ ਹੈ ਨਾ ਉਹ ਵੀ ਆ ਜਾਂਦੀ ਹੈ ਬਾਹਰ। ਬਿੱਲੀ ਆਉਂਦੀ ਹੈ ਇਹ ਲਈ ਕੇ ਸ਼ਬਦ। ਹਾਂਜੀ। ਆਂਦੇ ਮੇਰ ਕਣਕਾ ਛਲਾਈ ਹੈ ਐ ਲੰ ਇੱਥੇ ਰੱਖੋ, ਅੰਦਰ ਰੱਖੋ ਇੱਕ ਵਾਰੀ। ਇੱਕ ਵਾਰੀ ਅੰਦਰ ਰੱਖਣ? ਹਾਂਜੀ। ਤੇ ਮੈਂ ਸਿਰਾਣੇ ਤੇ ਉਲਾਰਾ ਚਾੜ ਦਿੱਤਾ, ਕਿਉਂਕਿ ਸਿਰਾਣੇ ਜਿਹੜਾ ਜਲਦੀ ਮਲੂਟੇ ਹੋ ਜਾਂਦੇ ਨੇ ਉਲਾਰੇ। ਇਹ ਚੌਥੇ ਪੰਜਵੇਂ ਦਿਨ ਮੈਨੂੰ ਉਲਾਰੇ ਵਿੱਚ ਦੋਣੇ ਪਾਉਂਦੇ ਨੇ ਸਿਰਾਣਿਆਂ ਦੇ ਛਾੜ। ਆ ਚੁੱਕਿਆ ਜੀ ਚਾਰ ਪਾਈ ਤੇ ਪੱਖਰ ਹੈ ਚੱਲ, ਤੇ ਜਿਹੜਾ ਚਾਰ ਪਾਈਆਂ ਮੈਂ ਪਾ ਦਿੱਤੀਆਂ ਤੇ ਇਡਲੀ ਸਾਈਡ ਤੇ ਜਿਹੜੀ ਬਿੱਲੀ ਹੈ ਨਾ ਉਹ ਅੰਮੀ ਨਾਲ ਰਹੀ ਹੈ ਖੇਲ। ਤੇ ਪਿਆਰੇ ਵਿਵਰਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਜਿਹੜਾ ਮੈਨੂੰ ਫੁੱਲ ਸਪੋਰਟ ਕਰ ਰਹੇ ਹਨ, ਔਰ ਬਾਈ ਸਲੀਮ ਨੂੰ ਜਿਹੜਾ ਮੇਰੇ ਵੇਖਣ ਵਾਲੇ ਬਾਈ ਸਲੀਮ ਨੂੰ ਵੇਖ ਰਹੇ ਹਨ, ਮਾਸ਼ਾਅੱਲਾ ਉਹਨਾਂ ਦਾ ਬਹੁਤ ਬਹੁਤ ਤੁਸੀਂ ਦੁਆ ਕਰਨਾ ਹੈ। ਅੱਲਾ ਪਾਕ ਉਹਨਾਂ ਨੂੰ ਲੰਮੀ ਜ਼ਿੰਦਗੀ ਕਰੇ, ਅੱਲਾ ਪਾਕ ਉਹਨਾਂ ਨੂੰ ਤੰਦਰੁਸਤੀ ਦੇਵੇ। ਅਤੇ ਜਿਹੜੇ ਮੈਨੂੰ ਵੇਖ ਰਹੇ ਹਨ, ਜਿਹੜਾ ਬਾਈ ਸਲੀਮ ਨੂੰ ਪਸੰਦ ਕਰ ਰਹੇ ਹਨ, ਉਹਨਾਂ ਦੇ ਵਾਸਤੇ ਅਸੀਂ ਬਹੁਤ ਬਹੁਤ ਦੁਆ ਮੰਗਦੇ ਹਾਂ। ਬਾਕੀ ਅੰਮੀ ਇਦਲੀ ਸਾਈਡ ਤੇ ਆ ਸਲੀਮ ਨੂੰ ਬਹੁਤ ਬਹੁਤ ਪਿਆਰ ਦੇ ਰਹੇ ਹਨ, ਅਤੇ ਅੱਲਾ ਪਾਕ ਉਹਨਾਂ ਦੀ ਜ਼ਿੰਦਗੀ ਕਰੇ, ਸਾਡੇ ਸਾਰੇ ਵੇਖਣ ਵਾਲਿਆਂ ਨੂੰ ਅੱਲਾ ਪਾਕ ਤੰਦਰੁਸਤੀ ਦੇਵੇ। ਆਮੀਨ। ਤੇ ਇੱਕ ਮੇਰੀ ਬਾਜੀ ਹੈ ਸਿਸਟਰ ਅਬਦੁੱਲਾ ਦੀ ਮੰਮਾ, ਅੱਲਾ ਪਾਕ ਅਬਦੁੱਲਾ ਦੀ ਮੰਮਾ ਨੂੰ ਹੀ ਜ਼ਿੰਦਗੀ ਦੇਵੇ, ਸਿਹਤ ਦੇਵੇ, ਤੰਦਰੁਸਤੀ ਦੇਵੇ। ਤੇ ਅਬਦੁੱਲਾ ਬੇਟੇ ਨੂੰ ਹੀ ਅੱਲਾ ਪਾਕ ਬਹੁਤ ਬਹੁਤ ਲੰਮੀ ਜ਼ਿੰਦਗੀ ਦੇਵੇ, ਅੱਲਾ ਪਾਕ ਸਿਹਤ ਦੇਵੇ। ਤੇ ਨਾਲ ਆ ਚੁੱਕੀ ਹੈ ਸਾਡੀ ਬੇਬੋ, ਇਹ ਰਹੀ ਹੈ ਖੇਡ। ਹਾਂਜੀ, ਇਹ ਸੁੱਤੀ ਨਹੀਂ, ਇਹ ਸੁੱਤੀ ਪਈ ਹੈ, ਖੇਡ ਰਹੀ ਹੈ। ਤੇ ਦੂਸਰੀ ਸਾਡੀ ਬੇਬੋ ਚਲੀ ਗਈ ਹੈ, ਉਹ ਲਾਏ ਗਏ ਸਾਡੇ ਹਮਸਾਏ, ਕਿਉਂਕਿ ਇਹ ਦੋ ਵਾਰ ਨਾ ਉਹ ਵੱਡੀ ਹੋ ਚੁੱਕੀ ਆਈ, ਤੇ ਇਹ ਜਿਹੜੀ ਹੈ ਨਾ ਇਹ ਹੁਣ ਸਾਡੇ ਨਾਲ ਹੀ ਖੇਡਦੀ ਹੈ। ਕੀ ਕਰ ਰਹੀ? ਕੀ ਕਰ ਰਹੀ? ਖੇਡ ਰਹੀ ਹੈ। ਤੇ ਮੇਰੇ ਬਾਰੇ ਇਹ ਚੱਕ ਚੁੱਕ ਨਹੀਂ ਮਰਿੰਦੀ, ਸਿਰਫ ਜਾਣ ਕੇ ਸਾਡੇ ਨਾਲ ਖੇਡ ਪਿਆਰ ਕਰਦੀ ਹੈ ਨਾ। ਆਹ ਮੇਰੇ ਬਾਰੇ ਦੀ ਤੁਸੀਂ ਚੈੱਕ ਕਰੋ, ਇਹ ਹੁਣ ਤੁਸੀਂ ਹੱਥ ਦਿਓ ਤੇ। ਹਾਂਜੀ, ਹੱਥ ਦਿਓ ਵੀ ਤੇ ਆਪਾਂ ਤਿਆਰ ਰੈਸਪੀ ਬਣਾਵੀਏ। ਤੇ ਬਾਈ ਸਲੀਮ ਆ ਚੀਜ਼ ਜਿਹੜਾ ਕਿਹੜੀ ਕਿਹੜੀ ਚੀਜ਼ ਲਿਆਂਦੀ ਉਹ ਆਪਣੇ ਪਿਆਰੇ ਵਿਵਰਨ ਬਾਈ ਸਲੀਮ ਵਿਖਾ ਦਿੱਤੀਏ, ਤੇ ਬਾਕੀ ਜਿਹੜਾ ਮੈਂ ਦੋ ਲੈਣਾ ਹੱਥ ਆ ਜਾ, ਤੁਸੀਂ ਦੋ ਲਓ ਤੇ ਬਾਕੀ ਕਰੀਏ ਆਪਾਂ ਕੰਮ। ਮੈਂ ਹੀ ਦੋਨੀ ਆ। ਹਾਂਜੀ, ਚਲੋ ਬਿੱਲੀ ਨੂੰ ਖੇਲਣ ਡਿਓ। ਚੱਲ ਮਾਣੀ ਉਸ ਮੰਜੀ ਤੇ, ਚੱਲ ਉਸ ਮਾਣੀ ਉਸ ਤੇ ਬਾਣਾ, ਇਸ ਤੇ ਬਾਣਾ ਤੋਂ। ਮੈਂ ਜਿਹੜੀ ਨਾ ਕਟਾਈ ਕਰ ਰਹੀ ਹਾਂ ਆਲੂ, ਤੇ ਆਲੂ ਕਟਾਈ ਕਰਕੇ ਉਸ ਤੋਂ ਬਾਅਦ ਸਾਲਣੀ ਤਿਆਰ ਕਰਸਾਂ। ਤੇ ਮੇਰਾ ਮੈਂ ਲਾ ਕੇ ਆ ਚੁੱਕਾ ਜੀ ਬਰਤਨ ਬੰਦ ਕਰ ਰਹੇ ਹਾਂ ਜੀ ਮੈਂ ਨੀ ਤੇ ਟਾਂਗ। ਬਰਤਨ ਸਾਰੇ ਜਣਾ ਮੈਂ ਨਹੀਂ ਟਾਂਗ ਦਿੱਤੇ, ਤੇ ਬਾਕੀ ਮੇਰੇ ਤੁਹਾਨੂੰ ਪਤਾ ਕਿ ਅੱਜ ਜਣਾ ਥੋੜ੍ਹੀ ਤਬੀਅਤ ਨਹੀਂ ਠੀਕ, ਨਜ਼ਲਾ ਅਤੇ ਜ਼ੁਕਾਮ ਲੱਗੋ ਹੈ, ਅਤੇ ਮੈਂ ਜਣਾ ਜਲਦੀ ਜਲਦੀ ਅੰਮੀ ਜਲਾ ਦੇਣਾ ਅੱਗ, ਅਤੇ ਅੰਮੀ ਉਰੀ ਕਰ ਰਹਿਣ ਆਪਣਾ ਕੰਮ। ਮੈਂ ਜਣਾ ਪਹਿਲੇ ਤਾਂ ਆਲੂ ਕਟਾਈ ਕਰਨੀ ਆ, ਉਸ ਤੋਂ ਬਾਅਦ ਪਿਆਜ਼ ਹਰੀਆਂ ਮਿਰਚਾਂ ਕਟਾਈ ਕਰੇ ਸਾਂ। ਅਤੇ ਬੱਗੀ ਤੁਸੀਂ ਲੱਕੜੀ ਟੁੱਕੋ ਨਾ ਮੋਟੀਆਂ, ਇਹ ਜ਼ਿਆਦਾ ਮੋਟੀਆਂ। ਹਾਂਜੀ, ਇਹਨਾਂ ਨੂੰ ਬਰੀਕ ਬਰੀਕ ਕਰਕੇ ਟੋਕ ਲਈ ਸਾਂ। ਮੇਰਾ ਤੁਸੀਂ ਮੇਰੇ ਵੇਖ ਰਹੇ ਹੋ, ਮੈਂ ਲੱਕੜੀ ਕੱਢ ਕੇ ਆ ਚੁੱਕਾ, ਤੇ ਹੁਣ ਮੇਰੇ ਹਾਂ ਜੀ ਟੁੱਕ।
ਮੈਂ ਜੋ ਕਟਾਈ ਕਰ ਰਹੀ ਹਾਂ ਪਿਆਜ਼ ਤੇ ਮਿਰਚਾਂ ਤੇ ਅਦਰਕ ਤੇ ਟਮਾਟਰ। ਤੇ ਮੇਰੀ ਡਿਊਟੀ ਲੱਗ ਚੁੱਕੀ ਹੈ, ਮੈਂ ਆਲੂ ਕਟਾਈ ਕਰ ਲੈ ਤੇ ਹੁਣ ਮੈਂ ਛਿਲ ਲਈ ਰਹੀ ਹਾਂ ਲਸਣ। ਲਸਣ ਜਿਹੜਾ ਨਾ ਛਿਲ ਕੇ ਉਸ ਤੋਂ ਬਾਅਦ ਚੱਲਦੇ ਹਾਂ ਕਿਚਨ ਤੇ, ਲੱਕੜੀ ਵੀ ਬੱਗੀ ਟੋਕ ਤੇ ਰੱਖ ਦਿੱਤੀਆਂ, ਆਗ ਵੀ ਨਾਲ ਜਲਾਈਨੇ ਆ। ਮੈਨੂੰ ਥੋੜ੍ਹੀ ਬਹੁਤੀ ਹੱਦ ਤੱਕ ਕਰਾਉਣੀ ਪੈਂਦੀ। ਅਤੇ ਸਲੀਮ ਜਿਹੜਾ ਹੁਣ ਮੇਰੇ ਨਾਲ ਵਾਹਵਾ ਹੈਲਪ ਕਰਦਾ, ਅਸੀਂ ਰਲ ਮਿਲ ਕੇ ਸਾਰਾ ਹੀ ਕੰਮ ਕਰਦੇ ਹਾਂ, ਸਬਜ਼ੀ ਦਾ ਵੀ ਘਰ ਦਾ ਵੀ। ਅਤੇ ਸਬਜ਼ੀ ਦੇ ਵਿੱਚ ਵੀ ਕੰਮ ਰੋਜ਼ਾਨਾ ਹੀ ਸਾਨੂੰ ਕਰਨਾ ਪੈਂਦਾ, ਗੋਡੀ ਵਗੈਰਾ, ਪਾਣੀ। ਗਰਮੀ ਇੰਨਾ ਤਾਂ ਪਾਣੀ ਜਲਦੀ ਸਬਜ਼ੀ ਮੰਗਦੀ ਹੈ। ਅੱਗ ਜਿਹੜਾ ਨਾ ਜਲ ਚੁੱਕੀ ਹੈ ਅਤੇ ਮੈਂ ਰੱਖ ਦਿੰਦੀ ਹਾਂ ਕੁੰਨੀ। ਅੱਜ ਅਸੀਂ ਸਾਲਣ ਬਣਾਉਣਾ ਹੈ ਕੁੰਨੀ ਦੇ ਵਿੱਚ। ਹੁਣ ਜਿਵੇਂ ਅਦਰਕ ਪਾ ਰਹੀ ਹਾਂ ਵਿੱਚ ਅਤੇ ਮਸਾਲਾ ਲੈਂਦੇ ਹਾਂ ਕੁੱਟ। ਕੁੰਨੀ ਜਿਹੜਾ ਨਾ ਮੈਂ ਰੱਖ ਦਿੱਤੀ ਹੈ ਅਤੇ ਨਾਲ ਵਿੱਚ ਪਾ ਦਿੰਦੀ ਹਾਂ ਪਹਿਲੇ ਘੀ। ਹੁਣ ਜੀ ਮੈਂ ਪਾ ਰਹੀ ਹਾਂ ਥੂਮ, ਲਸਣ। ਜਿਸ ਟਾਈਮ ਘੀ ਗਰਮ ਹੋ ਗਿਆ ਨਾ ਉਸ ਟਾਈਮ ਪਾ ਦੀ ਸਾਂ ਪਿਆਜ਼, ਅਤੇ ਨਾਲ ਆ ਚੁੱਕਾ ਹੈ ਪਾਣੀ, ਅਤੇ ਨਾਲ ਮੈਂ ਰੱਖ ਦਿੱਤੇ ਹਨ ਮਸਾਲੇ ਅਤੇ ਆਲੂ ਵੀ ਮੈਂ ਧੋ ਕੇ ਲਿਆ ਅਤੇ ਰੱਖ ਦਿੱਤੇ ਹਨ। ਅਤੇ ਖੁਸ਼ਕ ਲੱਕੜੀ ਆਨਾ, ਅੱਗ ਕਾਫੀ ਅੱਛੀ ਜਲ ਰਹੀ ਹੈ। ਘੀ ਜਿਹੜਾ ਗਰਮ ਹੋ ਚੁੱਕਾ ਹੈ, ਮੈਂ ਪਾ ਰਹੀ ਹਾਂ ਪਿਆਜ਼। ਮਸਾਲਾ ਕੁਟੀ ਗਿਆ? ਹਾਂਜੀ। ਹੁਣ ਤੁਸੀਂ ਹੋਰ ਦੇ ਹੋ ਨਾ ਇਹ ਪਾ ਦਿਓ। ਪਾਵਣਾ ਨਹੀਂ ਨਾ ਹਾਲੇ, ਹਾਲੇ ਨਹੀਂ ਪਾਵਣਾ। ਜਿਸ ਤਰ੍ਹਾਂ ਪਿਆਜ਼ ਫਰਾਈ ਹੋ ਗਿਆ ਨਾ ਉਸ ਤੋਂ ਬਾਅਦ ਪਾਵਣਾ ਮਸਾਲੇ। ਇਹਨਾਂ ਜਗ੍ਹਾ ਲੱਕੜੀ ਤੇ ਸਲੀਮ ਜਿਹੜਾ ਨਾਲ ਕੁੰਨੀ ਨੂੰ ਵੇਂਦਾ ਰਹਾ ਸੀ, ਪਿਆਜ਼ ਫਰਾਈ ਹੁੰਦੇ ਰਹਾ ਸਨ, ਅਤੇ ਮੈਂ ਧੋ ਆਉਂਦੀ ਹਾਂ ਚਿਕਨ। ਆਲੂ ਡੋਈ, ਆਲੂ ਤਾਂ ਮੈਂ ਧੋ ਕੇ ਆ ਚੁੱਕੀ ਹਾਂ ਸੂ, ਅਤੇ ਚਿਕਨ ਨਹੀਂ ਧੋਤਾ। ਮੈਂ ਜੀ ਹੁਣ ਹਲਾ ਰਹੀ ਹਾਂ ਵਿੱਚ, ਬਸ ਸਭ ਸਾੜ ਨਾ ਜਾਣਾ। ਪਿਆਜ਼ ਜਿਹੜਾ ਨਾ ਫਰਾਈ ਹੋ ਚੁੱਕੇ ਹਨ, ਮੈਂ ਪਾ ਦਿੰਦੀ ਹਾਂ ਚਿਕਨ। ਚਿਕਨ ਜਿਸ ਟਾਈਮ ਫਰਾਈ ਹੋ ਗਿਆ ਨਾ ਉਸ ਟਾਈਮ ਪਾ ਦੀ ਸਾਂ ਮਸਾਲੇ ਨਾਲ ਆਲੂ ਵੀ। ਚਿਕਨ ਜਿਹੜਾ ਫਰਾਈ ਹੋ ਚੁੱਕਾ ਹੈ ਅਤੇ ਮੈਂ ਪਾ ਦਿੰਦੀ ਹਾਂ ਮਸਾਲੇ। ਥੋੜ੍ਹੀ ਜਿਹੀ ਪਾ ਦਿੰਦੇ ਹਾਂ ਹਲਦੀ, ਇੱਕ ਚਮਚ ਰਤੀਆਂ ਮਿਰਚਾਂ, ਨਾਲ ਖੁਸ਼ਕ ਧਨੀਆ, ਅਤੇ ਥੋੜ੍ਹਾ ਜਿਹਾ ਪਾ ਦਿੰਦੇ ਨਮਕ, ਅਤੇ ਇਹਨੂੰ ਜਿਹੜਾ ਅੱਛੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ। ਜਿਸ ਟਾਈਮ ਇਹ ਅੱਛੀ ਤਰ੍ਹਾਂ ਭੁਨਾਈ ਹੋ ਗਿਆ ਨਾ ਉਸ ਤੋਂ ਬਾਅਦ ਪਾ ਦਿੱਤਾ ਹੈ ਆਲੂ, ਅਤੇ ਪਹਿਲੇ ਮੈਂ ਪਾ ਦਿੱਤਾ ਹੈ ਲਸਣ ਅਤੇ ਅਦਰਕ ਕੁੱਟੀ ਹੋਈ ਆਈ।
ਬਾਲਣ ਪਾ ਕੇ ਤੇਲ ਲਾ ਦਿੱਤੇ ਜੀ, ਤੇ ਮੈਂ ਜਿਹੜਾ ਸਾਲਣ ਨੂੰ ਅੱਛੀ ਤਰ੍ਹਾਂ ਬੋਨੀ ਲਾ ਕੇ ਦਮ ਲਾ ਦਿੱਤਾ, ਸਾਲਣ ਨਾਲ ਤਿਆਰ ਉਹਨਾਂ ਦਾ ਸੀ, ਤੇ ਮੈਂ ਗੁੰਨ ਲੈਂਦੀ ਹਾਂ ਆਟਾ ਬਿਸਮਿਲਲਾ ਸਾਣਕ ਦੇ ਵਿੱਚ। ਚੈੱਕ ਕਰ ਜੀ ਹੁਣ ਲਾਂਬ ਕਿਸ ਤਰ੍ਹਾਂ ਨਿਕਲਿਆ ਜੀ। ਅੱਛੀ ਆਗ ਬੜੀ VIP ਬਾਗ ਰਹੀ, ਆਗ ਲੈਂਦੀ ਜੀ ਦੂਰੋਂ, ਸੇਕ ਬਹੁਤ ਜ਼ਿਆਦਾ। ਮੈਂ ਜਿਹੜਾ ਥੋੜ੍ਹੀ ਜਿਹਾ ਕਰਿਆ ਰਹਿ ਗਿਆ ਜੀ, ਕੈਮਰਾਮੈਨ ਅਤੇ ਮੇਰੀ ਅੱਜ ਥੋੜ੍ਹੀ ਜਿਹੀ ਤਬੀਅਤ ਖਰਾਬ, ਅਤੇ ਅੰਮੀ ਆਖਿਆ ਬਈ ਤੁਸੀਂ ਜਿਹੜਾ ਕੈਮਰਾਮੈਨ ਹੀ ਕਰੋ, ਅਤੇ ਮੈਂ ਅਤੇ ਸਲੀਮ ਅੱਜ ਜਿਹੜਾ ਖਾਣੇ ਪੀਣੇ ਦਾ ਇੰਤਜ਼ਾਮ ਕਰ ਰਹੇ ਨੇ, ਅਤੇ ਇਸ ਵਜ੍ਹਾ ਤੋਂ ਜਿਹੜਾ ਮੇਰੀ ਥੋੜ੍ਹੀ ਸਿਰ ਨੂੰ ਦਰਦ ਕਾਫੀ ਜ਼ਿਆਦਾ ਹੈ, ਅਤੇ ਔਰ ਜਿਹੜਾ ਸ਼ਾਮ ਨੂੰ ਦਿਸਾਂ ਜੀ ਦਵਾਈ ਥੋੜ੍ਹੀ ਜਿਹਾ ਰੋਟੀ ਖਾ ਕੇ ਨਾ, ਅਤੇ ਫਿਰ ਦਵਾਈ ਲਵਣੀ ਵੀ ਅੱਛੀ ਹੁੰਦੀ ਹੈ, ਅਤੇ ਬਾਕੀ ਅੰਮੀ ਔਰ ਜਿਹੜਾ ਦਿੱਲੀ ਸਾਈਡ 'ਤੇ ਹਰ ਕੋਈ ਆਪਣੇ ਆਪਣੇ ਕੰਮ ਨੂੰ ਲੱਗੋ ਆ। ਤੰਦੂਰੀ ਜਿਹੜਾ ਚਿੱਟੀ ਹੋ ਗਈ ਹੈ, ਅਤੇ ਮੈਂ ਲਾ ਰਹੀ ਹਾਂ ਰੋਟੀਆਂ, ਥੋੜ੍ਹਾ ਜਿਹਾ ਸੱਟ ਦਿੰਦੇ ਹਾਂ ਪਾਣੀ, ਅਤੇ ਨਾਲ ਮਾਰ ਦਿੰਦੇ ਹਾਂ ਵਿੱਚ ਪੋਣਾ। ਸਾਲਣ ਵੀ ਤਿਆਰ ਹੋਇਆ ਖਲਾ, ਅਤੇ ਸਾਲਣ ਮੈਂ ਵੇਖਿਆ ਨਹੀਂ ਹੈ, ਸਾਲਣ ਜਿਹੜਾ ਤਿਆਰ ਹੋਇਆ ਖਲੋ ਸੀ, ਅਤੇ ਮੈਂ ਇਧਰਲੇ ਪਾਸੇ ਕਰ ਦਿੰਦੀ ਹਾਂ ਜਲਦੀ ਜਲਦੀ ਪੇੜੇ, ਤੰਦੂਰੀ ਅਤੇ ਰੋਟੀ ਲਾਵਣੀ ਪੈਂਦੀ ਹੈ ਤਰੀਖੀ ਤਰੀਖੀ। ਹਾਂਜੀ ਲਾ ਲਓ। ਮਾਸ਼ਾਅੱਲਾ ਜਿਹੜਾ ਦੋ ਰੋਟੀਆਂ ਚੁੱਕੀਆਂ ਤਿਆਰ, ਅਤੇ ਕੁਛ ਜਿਹੜਾ ਰਹਿ ਗਏ ਉਹ ਹੀ ਮੈਂ ਕਰ ਲੈਂਦੀ ਹਾਂ ਤਿਆਰ, ਕਿਉਂਕਿ ਗਰਮੀ ਕਾਫੀ ਜ਼ਿਆਦਾ ਹੈ, ਤੰਦੂਰੀ 'ਤੇ ਲੱਗ ਰਹੀ ਹੈ, ਅਤੇ ਖਾਣਾ ਤਾਂ ਤਿਆਰ ਕਰਨਾ ਹੁੰਦਾ, ਹੋਰ ਤਾਂ ਤਿਆਰ ਕਰਨ ਵਾਲਾ ਹੈ ਨਹੀਂ, ਕਿਉਂਕਿ ਮੈਂ ਵੀ ਹਾਂ ਖਾਣਾ ਤਿਆਰ ਕਰਨ ਵਾਲੀ। ਰੋਟੀ ਪੱਕੀ ਤਾਂ ਨਹੀਂ ਸੀ ਬੱਗੀ? ਨਹੀਂ। ਖਾਣਾ ਜਿਹੜਾ ਤਿਆਰ ਹੋ ਚੁੱਕਾ ਹੈ, ਸਾਣਾ ਕਿ ਮੈਂ ਧੋ ਕੇ ਰੱਖ ਦਿੱਤੀ ਤੰਦੂਰੀ 'ਤੇ, ਅਤੇ ਨਾਲ ਪਿਆ ਸਾਲਣ, ਸਾਲਣ ਹੀ ਤਿਆਰ ਹੋ ਚੁੱਕਾ ਹੈ। ਖਾਣਾ ਰਹਿ ਜੀ ਪਿਆਰੇ ਮੇਰਾ ਖਾਸ ਆ, ਖਾਣਾ ਵੀ ਬੜਾ ਪਿਆਰਾ ਅੱਛਾ ਬਣਾ ਹੈ, ਅਤੇ ਬਾਕੀ ਮੇਰਾ ਮਾਸ਼ਾਅੱਲਾ ਖਾਣਾ ਜਿਹੜਾ ਬੜਾ ਜ਼ਬਰਦਸਤ ਬਣਿਆ, ਅਤੇ ਕੁਝ ਪਿਆਰੇ ਵੀਵਰ ਆਖ ਲੈਣ ਕਿ ਤੁਸੀਂ ਪਾਣੀ ਜਿਸ ਟਾਈਮ ਰੋਟੀ ਖਾ ਲੈਂਦੇ ਨੋ ਉਸ ਟਾਈਮ ਉੱਤੋਂ ਪਾਣੀ ਨਾ ਪੀਤਾ ਕਰੋ, ਸੰਟਾਰੇ ਪੀ ਲਿਆ ਕਰੋ, ਅਤੇ ਬਾਕੀ ਮੇਰੇ ਵਾਰ ਜਿਹੜਾ ਸਾਡੇ ਵੀਵਰ ਜਿਹੜਾ ਸਾਨੂੰ ਅੱਛੇ ਮਸ਼ਵਰੇ ਦਿੰਦੇ ਨੇ, ਅੱਲਾ ਪਾਕ ਇਹਨਾਂ ਦੀ ਲੰਮੀ ਜ਼ਿੰਦਗੀ ਲੈ, ਅੱਲਾ ਪਾਕ ਇਹਨਾਂ ਨੂੰ ਤੰਦਰੁਸਤੀ ਦੇਵੇ, ਅਤੇ ਮੇਰਾ ਆਓ ਜੀ 7ਵੇਂ ਸਮੀਲਿਆ ਤੁਸੀਂ ਖਾਓ, ਨਹੀਂ ਤਾਂ 22 ਸਲੀਮ ਅਤੇ ਮੈਂ ਖਾ ਰਿਹਾ ਰਲ ਕੇ ਇਕੱਠੇ ਚਿਕਨ ਅਤੇ ਆਲੂ ਦਾ ਸਾਲਣ, ਅਤੇ ਇਸ ਵਲੋਗ ਦਾ ਕਰਨ ਦੇ ਪੇਜ ਥਾਈਂ ਐਂਡ, ਸ਼ਾਮ ਹੀ ਹੋ ਚੁੱਕੀ, ਸੁਬਹ ਮਿਲ ਸਾਂ ਨਵੇਂ ਵਲੋਗ, ਮੇਰੀ ਟਿਕਟੋਕ ਦੀ ਆਡੀਅੰਸ ਸਪੋਰਟ ਕੀਤੇ ਕਰੋ, ਬੱਗੀ ਫੈਮਿਲੀ 547 ਮੇਰੇ ਚੈਨਲ ਸਪੋਰਟ ਕੀਤੇ ਕਰੋ, ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕੀਤਾ ਕਰੋ, ਸੁਬਹ ਨੈਕਸਟ ਮਿਲ ਸਾਂ, ਅੱਲਾ ਹਾਫਿਜ਼।